ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਲਗਾਤਾਰ ਹੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਕਹਿਰਾ ਮਚਦਾ ਜਾ ਰਿਹਾ ਹੈ ਬਹੁਤ ਕਿਤੇ ਹਰ ਕਿਤੇ ਹੀ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਦੀ ਲਪੇਟ ਦੇ ਵਿੱਚ ਆ ਰਹੇ ਨੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੁਨੀਆ ਨੂੰ ਇਸ ਨੇ ਹਿਲਾ ਕੇ ਰੱਖ ਦਿੱਤਾ ਹੋਇਆ ਹੈ ਹੁਣ ਗੱਲ ਕਰਦੇ ਹਾਂ ਇੱਕ ਵੱਡੀ ਖਬਰ ਦੀ ਇਸ ਵੇਲੇ ਦੀ ਖਬਰ ਆ ਰਹੀ ਹੈ ਮੋਹਾਲੀ ਤੇ ਖਰੜ ਤੋਂ ਜਿੱਥੇ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਸਨ ਉਹ ਵੀ ਇਸ ਦੀ ਲਪੇਟ ਵਿੱਚ ਆਉਂਦੇ ਨਜ਼ਰ ਆ ਰਹੇ ਸਨ ਤੇ ਹੁਣ ਪੰਜਾਬ ਪੁਲਿਸ ਨੇ ਆਪਣੇ ਜਵਾਨਾਂ ਦੀ ਸੁਰੱਖਿਆ ਨੂੰ ਲੈ ਕੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਹਫ਼ਤੇ ਦੇ ਲਈ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਹੈ ਸੋ ਦੱਸਦੇ ਚੱਲਦੇ ਹਾਂ ਕਿ ਮੋਹਾਲੀ ਤੇ ਖਰੜ ਦੇ ਵਿੱਚ ਜਿੰਨੇ ਵੀ ਥਾਣੇ ਹੋਣਗੇ ਹਰ ਇੱਕ ਥਾਣੇ ਦੀ ਜਿਹੜੀ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ ਹਰ ਇੱਕ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਨੂੰ ਕਹਿਤਾ ਗਿਆ ਹੈ ਕਿ ਹੁਣ ਜਿਹੜੀ ਪਬਲਿਕ ਡੀਲਿੰਗ ਹੈ ਬੰਦ ਨਹੀਂ ਬੰਦ ਕਰ ਦਿੱਤੀ ਗਈ ਹੈ ਕਿਸੇ ਨਾਲ ਡੀਲਿੰਗ ਜਿਹੜੀ ਨਹੀਂ ਹੋਵੇਗੀ ਇਹ ਸਾਰਾ ਜਿਹੜਾ ਫੈਸਲਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਸੋ ਇਹ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਲੁਧਿਆਣਾ ਦੇ ਵਿੱਚ ਵੀ ਕੱਲ੍ਹ 22 ਪੁਲਿਸ ਮੁਲਾਜ਼ਮ ਜਿਹੜੇ ਸਨ ਉਹ ਕਰੋਨਾ ਪਾਜ਼ਿਟਿਵ ਪਾਏ ਗਏ ਸਨ ਤੇ ਇਸ ਦੇ ਬਾਅਦ ਜਿਹੜਾ ਹੈ ਪੰਜਾਬ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਹੁਣ ਇੱਕ ਵੱਡਾ ਫੈਸਲਾ ਕੀਤਾ ਗਿਆ ਜ਼ਿਆਦਾ ਜਾਣਕਾਰੀ ਅਸੀਂ ਸਾਡੇ ਸਹਿਯੋਗੀ ਪੱਤਰਕਾਰ ਗੁਰਦੀਪ ਬੈਨੀਪਾਲ ਉਹਨਾਂ ਤੋਂ ਲਵਾਂਗੇ ਸੋ ਇਸ ਵੇਲੇ ਸਾਡੇ ਨਾਲ ਉਹ ਮੌਜੂਦ ਨੇ ਸੋ ਗੁਰਦੀਪ ਬੈਨੀਪਾਲ ਜੀ ਇਸ ਵੇਲੇ ਸਾਡੇ ਨਾਲ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਲਾਈਵ ਜੁੜ ਚੁੱਕੇ ਹੋ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਥਾਣਾ ਖਰੜ ਤੇ ਮੋਹਾਲੀ ਦੇ ਜਿਹੜੇ ਹੈ ਪਬਲਿਕ ਡੀਲਿੰਗ ਬੰਦ ਕੀਤੀ ਗਈ ਹੈ ਆਖਿਰਕਾਰ ਕਿੰਨੇ ਪੁਲਿਸ ਮੁਲਾਜ਼ਮ ਜਿਹੜੇ ਸੀ ਉਹ ਪੋਜ਼ਿਟਿਵ ਆਏ ਸੀ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਜੀ ਬਿਲਕੁਲ ਮਨਦੀਪ ਜੀ ਦੇਖੋ ਜ਼ਿਲ੍ਹੇ ਦੇ ਵਿੱਚ ਦੇਖਿਆ ਜਾਵੇ ਕੋਰੋਨਾ ਦਾ ਕਹਿਰ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਪਹਿਲਾਂ ਘੋੜਾ ਥਾਣੇ ਦੇ ਜਿਹੜੇ ਸੂਆ ਦੇ ਕਰੀਬ ਜਿਹੜੇ ਕਰਮਚਾਰੀਆਂ ਦੀ ਰਿਪੋਰਟ ਪੋਜ਼ਿਟਿਵ ਆ ਚੁੱਕੀ ਆ ਜਿਸ ਤੋਂ ਬਾਅਦ ਹੁਣ ਖਰੜ ਦੇ ਐਸ ਐਚ ਓ ਭੁਆਗ ਸਿੰਘ ਦੀ ਰਿਪੋਰਟ ਪੋਜ਼ਿਟਿਵ ਆਉਣ ਦੇ ਨਾਲ ਕਿਤੇ ਨਾ ਕਿਤੇ ਪੁਲਿਸ ਭੁਆਗ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਜਿਸ ਦੇ ਚੱਲਦੇ ਹੁਣ ਐਸ ਐਸ ਪੀ ਨੇ ਫੈਸਲਾ ਲਿਆ ਹੈ ਕਿ ਸਾਰੇ ਥਾਣਿਆਂ ਦੇ ਵਿੱਚ ਜਿਹੜੀ ਆ ਪਬਲਿਕ ਡੀਲਿੰਗ ਜਿਹੜੀ ਆ ਬੰਦ ਕਰਤੀ ਆ ਜ਼ਿਲ੍ਹੇ ਦੇ ਦੇਖਿਆ ਜਾਵੇ ਟੋਟਲ 30 ਦੇ ਕਰੀਬ ਜਿਹੜੇ ਥਾਣੇ ਤੇ ਚੌਕੀਆਂ ਨੇ ਜਿਹਨਾਂ ਨੂੰ ਫਿਲਹਾਲ ਅਗਲੇ ਹੁਕਮਾਂ ਤੱਕ ਰੱਖੜੀ ਤੱਕ ਜਿਹੜਾ ਬੰਦ ਕਰ ਦਿੱਤਾ ਗਿਆ ਪਬਲਿਕ ਡੀਲਿੰਗ ਕੋਈ ਨਹੀਂ ਹੋਊਗੀ ਤੇ ਵਾਰ ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜੇਕਰ ਕੋਈ ਜ਼ਰੂਰੀ ਕੰਮ ਆ ਉਹ ਤਾਂ ਹੀ ਇੱਥੇ ਤੱਕ ਆਉਣ ਜੇਕਰ ਬੇਮਤਲਬ ਤੋਂ ਥਾਣਿਆਂ ਦੇ ਵਿੱਚ ਨਾ ਆਉਣ ਤਾਂ ਨਾ ਉੱਥੇ ਕੰਮ ਆਉਣਾ ਜੇਕਰ ਉਹਨਾਂ ਦੀ ਕੋਈ ਜ਼ਰੂਰੀ ਸ਼ਿਕਾਇਤ ਆ ਆਨਲਾਈਨ ਕਰ ਸਕਦੇ ਨੇ ਜਾਰੀ ਕੀਤਾ ਪਰ ਕੋਈ ਹੈਲਪਲਾਈਨ ਨੰਬਰ ਹੋਵੇਗਾ ਜਿੱਥੇ ਲੋਕ ਜਿਹੜੇ ਆਪਣੀ ਸਮੱਸਿਆ ਨੂੰ ਦੱਸ ਸਕਦੇ ਨੇ ਮੇਲ ਜਾਰੀ ਕੀਤੀ ਗਈ ਹੈ ਜੇਕਰ ਤੁਸੀਂ ਕੋਈ ਸ਼ਿਕਾਇਤ ਕਰਨੀ ਹੈ ਤੁਸੀਂ ਮੇਲ ਦੇ ਰਾਹੀਂ ਵੀ ਆਪਣੀ ਸ਼ਿਕਾਇਤ ਕਰ ਸਕਦੇ ਹੋ ਜੇਕਰ ਕੋਈ ਜ਼ਿਆਦਾ ਹੀ ਜ਼ਰੂਰੀ ਆ ਬਾਹਰ ਉਹਨਾਂ ਨੇ ਬਾਕਸ ਲਗਾ ਦਿੱਤੇ ਉੱਥੇ ਆਪਣੀ ਸ਼ਿਕਾਇਤ ਦੇ ਕੇ ਵਾਪਸ ਆ ਸਕਦੇ ਨੇ ਜਾਂ ਉੱਥੇ ਗੇਟ ਦੇ ਉੱਤੇ ਕੋਈ ਐਮਰਜੈਂਸੀ ਵੀ ਇੱਕੋ ਹੀ ਐਮਰਜੈਂਸੀ ਆ ਸੰਤਰੀ ਨੂੰ ਦੱਸ ਦੇ ਸਕਦੇ ਨੇ ਲੇਕਿਨ ਉਹਨਾਂ ਸਪਸ਼ਟ ਤੌਰ ਤੇ ਇਹੀ ਕਹਿਣਾ ਕਿ ਲੋਕਾਂ ਦੀ ਸੁਰੱਖਿਆ ਨੂੰ ਤਾਂ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ ਕਿਉਂਕਿ ਜਿਹੜਾ ਕੋਰੋਨਾ ਦਾ ਕਹਿਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਕਰਮਚਾਰੀ ਲਗਾਤਾਰ ਇਹਦੀ ਚਪੇਟ 'ਚ ਆ ਰਹੇ ਨੇ ਜ਼ਰੂਰੀ ਆ ਕਿ ਜੇਕਰ ਅਸੀਂ ਅਹਿਤਿਆਤ ਵਰਤਾਂਗੇ ਸਾਵਧਾਨ ਰਹਾਂਗੇ ਤਾਂ ਹੀ ਅਸੀਂ ਇਸ ਬਿਮਾਰੀ ਤੋਂ ਬਚਾਅ ਹੋ ਸਕਦਾ ਨਹੀਂ ਲਗਾਤਾਰ ਜਿਸ ਤਰ੍ਹਾਂ ਦਾ ਚੈਨ ਲਗਾਤਾਰ ਬਣਦੀ ਜਾ ਰਹੀ ਆ ਜ਼ਰੂਰ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਆ ਜ਼ਰੂਰ ਪਬਲਿਕ ਡੀਲਿੰਗ ਆ ਲੋਕਾਂ ਨੂੰ ਆ ਰਹੀ ਆ ਲੋਕ ਵਾਪਸ ਵੀ ਜਾ ਰਹੇ ਨੇ ਪਰ ਜਿਸ ਤਰ੍ਹਾਂ ਲੋਕ ਹੁਣ ਜਾਗਰੂਕ ਹੋ ਰਹੇ ਨੇ ਜ਼ਰੂਰ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਹੁਣ ਸਮਝ ਆ ਰਹੀ ਹੈ ਜੀ ਬੈਨੀਪਾਲ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਹਰ ਜਿਹੜੇ ਨੇ ਬਾਕਸ ਲਗਾ ਦਿੱਤੇ ਗਏ ਨੇ ਜਿਹਦੇ ਵਿੱਚ ਉਹ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਨੇ ਕਿ ਉੱਥੇ ਪੁਲਿਸ ਮੁਲਾਜ਼ਮ ਜਿਹੜੇ ਨੇ ਬਾਕੀ ਸਾਰੇ ਤਾਇਨਾਤ ਰਹਿਣਗੇ ਡਿਊਟੀ ਉਸੇ ਤਰ੍ਹਾਂ ਹੀ ਦੇਣਗੇ ਜੀ ਫਿਲਹਾਲ ਡਿਊਟੀ ਆ ਜਿਹੜੀ ਆ ਗੇਟ ਦੇ ਉੱਤੇ ਸੰਤਰੀ ਦੀ ਡਿਊਟੀ ਜ਼ਰੂਰ ਰਹੂਗੀ ਕੁਛ ਕਰਮਚਾਰੀਆਂ ਦੀ ਜਿਹੜੀ ਆ ਰਿਪੋਰਟਰਾਂ ਨੂੰ ਕਿਹਾ ਹੈ ਘੱਟ ਕਰ ਦਿੱਤੀ ਗਈ ਆ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਆ ਉਹਨਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਸੈਲਫ ਕੁਆਰੰਟਾਈਨ ਕੀਤਾ ਗਿਆ ਹੈ ਘਰਾਂ 'ਚ ਰਹਿਣ ਕਿਉਂਕਿ ਜ਼ਿਆਦਾਤਰ ਹੁਣ ਤੱਕ ਦੇਖਿਆ ਜਾਵੇ ਤੇ ਧਰੂਆਂ ਤੇ ਦੂਜੇ ਆਪਣੇ ਖਰੜ ਥਾਣੇ ਦੇ ਜਿਹੜੇ ਐਸਐਚਓ ਨੇ ਉਹ ਆਏ ਨੇ ਫਿਲਹਾਲ ਬਾਕੀਆਂ ਦਾ ਹਾਲੇ ਤੱਕ ਕੋਈ ਰਿਪੋਰਟ ਨਾਲ ਸੈਂਪਲਿੰਗ ਚੱਲ ਰਹੀ ਆ ਸੈਂਪਲਿੰਗ ਸਪਸ਼ਟ ਹੋਵੇਗਾ ਹੋਰ ਕਿੰਨੇ ਕਰਮਚਾਰੀ ਇਹਨਾਂ ਦੀ ਕੋਰੋਨਾ ਦੀ ਚਪੇਟ 'ਚ ਆਏ ਨੇ ਫਿਲਹਾਲ ਸਾਰੇ ਨੂੰ ਅਹਿਤਿਆਤ ਤੌਰ ਤੇ ਵਰਤਣ ਦੀ ਅਪੀਲ ਕੀਤੀ ਗਈ ਆ ਜੇਕਰ ਅੰਦਰ ਕਲੈਰੀਕਲ ਸਟਾਫ ਦੀ ਗੱਲ ਕੀਤੀ ਜਾਵੇ ਕਲੈਰੀਕਲ ਵੀ ਸਟਾਫ ਵੀ ਬਹੁਤ ਜ਼ਿਆਦਾ ਘੱਟ ਕੀਤਾ ਗਿਆ ਮਨਦੀਪ ਜੀ ਤਾਂ ਕਿ ਕਿਤੇ ਨਾ ਕਿਤੇ ਜਿਹੜਾ ਕੰਮ 50% ਦਾ ਕੰਮ ਆ ਸਟਾਫ ਤੋਂ ਲਿਆ ਜਾਵੇ ਤਾਂ ਕਿ ਵਾਰੀ ਵਾਰੀ ਜਿਹੜੀ ਡਿਊਟੀ ਆ ਉਹ ਕਰ ਸਕਣ ਤੇ ਉਹਨਾਂ ਦਾ ਜਿਹੜਾ ਬਿਮਾਰੀ ਤੋਂ ਆ ਜਿਹੜਾ ਉਹ ਵੀ ਬਚਾਅ ਹੋ ਸਕੇ ਸ਼ੁਕਰੀਆ ਬੈਨੀਪਾਲ ਸਾਹਿਬ ਸ਼ੁਕਰੀਆ ਇਹ ਸਨ ਸਾਡੇ ਸਹਿਯੋਗੀ ਪੱਤਰਕਾਰ ਗੁਰਦੀਪ ਬੈਨੀਪਾਲ ਜੀ ਜਿਨ੍ਹਾਂ ਤੋਂ ਅਸੀਂ ਸਾਰੀ ਜਾਣਕਾਰੀ ਜਿਹੜੀ ਲੈ ਲਈ ਦੱਸਦੇ ਚੱਲਦੇ ਹਾਂ ਕਿ ਹੁਣ ਤੱਕ ਪੰਜਾਬ ਹੀ ਨਹੀਂ ਪੂਰੇ ਦੇਸ਼ ਦੁਨੀਆਂ ਨੂੰ ਕੋਰੋਨਾ ਵਾਇਰਸ
वायरस ने अपनी लपेट विच लिया होया। हुण पंजाब पुलिस दे जवानां दी सुरक्षा नूं लैके एक वड्डा फैसला जिहड़ा आ उह खरड़ ते मोहाली दे विच कीता गया कि 7 दिन दे लई जिहड़ी है इह थाने बंद रहणगे। सिर पब्लिक डीलिंग बंद होएगी। थाने दे विच उसे तरह ही जिहड़े पुलिस मुलाजम है उस तरह ड्यूटी ते तैनात होणगे, पर जिहड़े लोक जिहड़ा आउणा जाणा जिन्हां नूं कोई काम हुंदा सी थाने विच उह नहीं आउणगे। 7 दिन दे लई जिहड़े इह थाने ने उह बंद कीते गए ने। पब्लिक डीलिंग जिहड़ी बंद होई है। हालांकि जिहड़े जवान ने पंजाब पुलिस दे मुलाजम ने उसे तरह ड्यूटी ते जिहड़े जरूर आउणगे। सो इस दे नाल इह वी दस्से चलदे हां कि पंजाब पुलिस दे मुलाजम कल लुधियाणा दे विच वी वड्डी गिणती दे विच पॉजिटिव पाए गए सन। हालांकि इह फ्रंट लाइन योधे ने जो कि हर वेले ही जनता दी सुरक्षा नूं लै के तैनात रहिंदे ने। सो इस दे नाल जिहड़ा हुण विभाग दे वल्लों लोकां नूं जिहड़ी इक अपील वी कीती गई है, जेकर उहनां नूं कोई जरूरी काम है जिथे कि उहनां दा सरदा नहीं कि पंजाब पुलिस दी उहनां नूं लोड़ है, तो ऑनलाइन वैबसाइट ते इक नंबर जारी कीता गया। इक पंजाब पुलिस दी जिहड़ा नंबर है उह सांझा इक ऐप है, मोबाइल ऐप है सांझ, उस दे जरिए भी जिहड़ा अपनी शिकायत है उह दर्ज करवा सकदे। इस दे नाल थाणियां दे बाहर इक बॉक्स लगा दित्ते गए ने, शिकायत बॉक्स है, उहदे विच जा के तुसीं अपनी जिहड़ी है इक शिकायत वी दर्ज करवा सकदे हो। इह मोहाली पुलिस दी इक वैबसाइट है, उहदे लई अधिकारियां दे जिहड़े नंबर वी जिहड़े ने उह जारी कर दित्ते गए ने। हालांकि पुलिस कंट्रोल अते जिहड़ियां सेवावां ने उह पहले ही तरह जिहड़ियां ने जारी रहणगियां। जेकर कोई भी थानू पुलिस दी हैल्प चाहीदी है तो थोड़ियां सेवावां उसी तरह बरकरार रहणगियां, पर सिर्फ ते सिर्फ जिहड़े पब्लिक है जिथे आउणा जाणा लोकां दा थाने विच हुंदा है उह हुण नहीं होवेगा 7 दिन दे लई। इस दे नाल इह वी जानकारी तुहानू दिंदे चलदे हां कि खरड़ सिटी दे विच जिहड़ा थाने SHO दी जिहड़ी रिपोर्ट सी उह कोरोना पॉजिटिव आई सी। उस तों बाद खरड़ थाने नूं पूरी तरह सैनिटाइज़ कर दिता गया ते इस दे नाल ही जिहड़ा आ हुण तक 2 वार तक पुलिस स्टेशन नूं जिहड़ा आ सैनिटाइज़ कर चुकी है, ते नाल दी नाल जिहड़ा पुलिस स्टेशन ते मुंशी नूं जिहड़ी जानकारी तुसीं दे सकदे हो जा के जेकर किसे नूं बहुत ज़्यादा ज़रूरी काम है। सो इस दे नाल ही ਜਿਹੜੇ SHO ਪੋਜ਼ਿਟਿਵ ਆਏ ਸਨ ਉਹਨਾਂ ਦੇ ਨਾਲ ਜਿੰਨੇ ਵੀ ਪੁਲਿਸ ਮੁਲਾਜ਼ਮ ਸੰਪਰਕ ਦੇ ਵਿੱਚ ਸਨ ਉਹਨਾਂ ਦੇ ਸੈਂਪਲ ਵੀ ਲੈ ਲਏ ਗਏ ਨੇ, ਸੁਰੱਖਿਆ ਦੇ ਮੱਦੇਨਜ਼ਰ ਲੈ ਲਏ ਗਏ ਨੇ ਉਹਨਾਂ ਦੇ ਸੈਂਪਲ। ਹਾਲਾਂਕਿ ਉਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸੋ ਜਿਹੜੇ ਉੱਥੋਂ ਦੇ SHO ਪੋਜ਼ਿਟਿਵ ਆਏ ਸਨ ਉਸ ਤੋਂ ਬਾਅਦ ਜਿਹੜਾ ਹੁਣ ਫੈਸਲਾ ਕੀਤਾ ਗਿਆ ਹੈ ਕਿ 7 ਦਿਨ ਦੇ ਲਈ ਪਬਲਿਕ ਡੀਲਿੰਗ ਜਿਹੜੀ ਬੰਦ ਰਹੇਗੀ, ਅਤੇ ਇਸ ਦੇ ਨਾਲ ਇਹ ਵੀ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਕਰਮਚਾਰੀਆਂ ਦੇ ਕੁਛ ਕਰਮਚਾਰੀਆਂ ਦੇ ਕੱਲ੍ਹ ਸੈਂਪਲ ਲੈ ਗਏ ਸਨ, ਕੁਛ ਕਰਮਚਾਰੀਆਂ ਦੇ ਅੱਜ ਸੈਂਪਲ ਲੈ ਗਏ ਨੇ, ਅਤੇ ਬਾਕੀ ਦੇ ਕਰਮਚਾਰੀਆਂ ਦੇ ਕੱਲ੍ਹ ਨੂੰ ਵੀ ਸੈਂਪਲ ਲੈ ਜਾਣਗੇ, ਕਿਉਂਕਿ ਜਿੰਨੇ ਵੀ ਉੱਥੇ ਮੁਲਾਜ਼ਮ ਤਾਇਨਾਤ ਸਨ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਆਏ ਸਨ ਉਹਨਾਂ ਦੇ ਲਗਾਤਾਰ ਹੁਣ ਸੈਂਪਲ ਜਾਰੀ ਨੇ। ਇਸ ਦੇ ਨਾਲ ਇਹ ਵੀ ਦੱਸਦੇ ਚੱਲਦੇ ਹਾਂ ਕਿ ਖਰੜ ਦੇ ਵਿੱਚ ਇੱਕ ਬੈਂਕ ਕਰਮਚਾਰੀ ਵੀ ਜਿਹੜਾ ਆ ਉਹ ਪੋਜ਼ਿਟਿਵ ਆਇਆ ਸੀ, ਉਸ ਤੋਂ ਬਾਅਦ ਜਿਹੜਾ ਬੈਂਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸੋ ਦੱਸਦੇ ਚੱਲਦੇ ਹਾਂ ਕਿ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਇੱਕ ਕਰਮਚਾਰੀ ਜਿਹੜਾ ਸੀ ਜੋ ਕੰਮ ਕਰਦਾ ਸੀ ਉੱਥੋਂ ਦੇ ਬੈਂਕ ਦਾ ਕਰਮਚਾਰੀ ਵੀ ਕੋਰੋਨਾ ਪੋਜ਼ਿਟਿਵ ਪਾਇਆ ਗਿਆ, ਜਿਸ ਤੋਂ ਬਾਅਦ ਜਿਹੜਾ ਆ ਬੈਂਕ ਨੂੰ ਵੀ ਬੰਦ ਕਰ ਦਿੱਤਾ ਗਿਆ। ਅਤੇ ਮੇਰੀ ਜਾਣਕਾਰੀ ਦੇ ਅਨੁਸਾਰ ਕੱਲ੍ਹ ਤੱਕ ਇਹ ਵੀ ਜਿਹੜਾ ਬੈਂਕ ਹੈ ਉਹ ਬੰਦ ਰੱਖਿਆ ਜਾਵੇਗਾ। ਹੁਣ ਤੱਕ ਜਿਹੜਾ ਆ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਜਿਹੜੀ ਹੈ ਹੁਣ ਤੱਕ ਆਈ ਹੈ, ਉਸਦੇ ਮੱਦੇਨਜ਼ਰ ਜਿਹੜਾ ਵੱਡਾ ਫੈਸਲਾ ਕੀਤਾ ਗਿਆ। ਇਹ ਵੀ ਦੱਸਦੇ ਚੱਲਦੇ ਹਾਂ ਕਿ ਲੁਧਿਆਣਾ ਦੇ ਵਿੱਚ ਕੱਲ੍ਹ 22 ਦੇ ਕਰੀਬ ਜਿਹੜੇ ਸਨ ਪੁਲਿਸ ਅਫਸਰ ਜਿਹੜੇ ਕੋਰੋਨਾ ਪੋਜ਼ਿਟਿਵ ਉਹਨਾਂ ਦੀ ਰਿਪੋਰਟ ਆਈ ਸੀ, ਅਤੇ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਨੂੰ 3 ਦਿਨਾਂ ਦੇ ਲਈ ਹਰ ਤਰ੍ਹਾਂ ਦੀ ਪਬਲਿਕ ਡੀਲਿੰਗ ਜਿਹੜੀ ਹੈ ਉੱਥੇ ਵੀ ਬੰਦ ਕਰ ਦਿੱਤੀ ਗਈ ਹੈ। ਜਦਕਿ ਡਿਵੀਜ਼ਨ ਨੰਬਰ 3 ਅਤੇ 8 ਦੇ ਵਿੱਚ ਜਿਹੜੀ ਹੈ ਜ਼ਿਆਦਾ ਐਮਰਜੈਂਸੀ ਹੋਣ 'ਤੇ ਤੁਸੀਂ ਜਿਹੜੀ ਹੈ ਡੀਲਿੰਗ ਕਰ ਸਕਦੇ ਹੋ, ਨਹੀਂ ਤਾਂ ਡਿਵੀਜ਼ਨ ਨੰਬਰ 3 ਅਤੇ 8 ਦੇ ਵਿੱਚ ਹੀ ਜਿਹੜੀ ਐਮਰਜੈਂਸੀ ਪਬਲਿਕ ਡੀਲਿੰਗ ਚਾਲੂ ਰਹੇਗੀ, ਨਹੀਂ ਤਾਂ 3 ਦਿਨ ਦੇ ਲਈ ਇੱਥੇ ਵੀ ਜਿਹੜੀ ਪਬਲਿਕ ਡੀਲਿੰਗ ਹੈ ਉਹ ਬੰਦ ਕਰ ਦਿੱਤੀ ਗਈ ਹੈ। ਸੋ ਹੁਣ ਤੱਕ ਕੋਰੋਨਾ ਦੇ ਲੁਧਿਆਣਾ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ 2,556 ਮਾਮਲੇ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ, ਅਤੇ ਨਾਲ ਦੀ ਨਾਲ ਇੱਥੇ 64 ਮੌਤਾਂ ਵੀ ਜਿਹੜੀਆਂ ਨੇ ਲੁਧਿਆਣਾ ਦੇ ਵਿੱਚ ਹੋ ਚੁੱਕੀਆਂ ਨੇ। ਜਦਕਿ ਇਸ ਦੇ ਨਾਲ 1,698 ਲੋਕ ਇਸ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਆਪਣੇ ਘਰ ਵਾਪਸੀ ਵੀ ਕਰ ਚੁੱਕੇ ਨੇ। ਪਰ ਇਸ ਵੇਲੇ ਦੀ ਵੱਡੀ ਖਬਰ ਤਾਂ ਇਹੀ ਆ ਰਹੀ ਹੈ ਕਿ ਖਰੜ ਅਤੇ ਮੋਹਾਲੀ ਦੇ ਵਿੱਚ ਜਿੰਨੇ ਵੀ ਥਾਣੇ ਨੇ ਉਹਨਾਂ ਸਾਰਿਆਂ ਦੇ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਹੈ। ਜੇਕਰ ਤੁਹਾਨੂੰ ਜ਼ਰੂਰੀ ਕੰਮਕਾਜ ਹੈ ਥਾਣੇ ਦੇ ਵਿੱਚ, ਸਿਰਫ ਤੁਸੀਂ ਆਨਲਾਈਨ ਵੈਬਸਾਈਟ 'ਤੇ ਜਾ ਕੇ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਵਾ ਸਕਦੇ ਹੋ। ਜੇਕਰ ਬਹੁਤ ਹੀ ਜ਼ਰੂਰੀ ਹੈ ਤਾਂ ਤੁਸੀਂ ਬਾਹਰ ਜਿਹੜੇ ਬਾਕਸ ਲੱਗੇ ਨੇ ਥਾਣੇ ਦੇ ਬਾਹਰ, ਬਾਕਸ ਲਗਾ ਦਿੱਤੇ ਗਏ ਨੇ, ਉਹਨਾਂ ਦੇ ਵਿੱਚ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਵਾ ਸਕਦੇ ਹੋ। ਇਸੇ ਤਰ੍ਹਾਂ ਪਲ ਪਲ ਦੀ ਅਪਡੇਟ ਡੇਲੀ ਪੋਸਟ ਪੰਜਾਬੀ 'ਤੇ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਦੇਖਦੇ